ਉਹ ਹਸਪੀਟਲ ਦਾ ਓਵਰਆਲ ਦੇਖਣ ਆਏ ਸੀਗੇ ਕਿ ਕਿਸ ਤਰ੍ਹਾਂ ਫੰਕਸ਼ਨਿੰਗ ਹੁੰਦੀ ਹੈ। ਉਹਨਾਂ ਨੇ ਸਾਰਾ ਘੁੰਮ ਕੇ ਦੇਖਿਆ, ਐਮਰਜੈਂਸੀ ਵਾਰਡਸ ਘੁੰਮ ਕੇ ਦੇਖੀਆਂ ਨੇ, ਸਫਾਈ ਆਦਿ ਦਾ ਦੇਖਿਆ, ਸਾਡੀਆਂ ਮੁਸ਼ਕਲਾਂ ਉਹਨਾਂ ਨੇ ਸੁਣੀਆਂ, ਸਟਾਫ ਦੀ ਕਮੀ ਬਾਰੇ ਉਹਨਾਂ ਨੇ ਪੁੱਛਿਆ, ਸਾਰਾ ਇਨਫਰਾਸਟ੍ਰਕਚਰ ਉਹਦੇ ਬਾਰੇ ਪੁੱਛਿਆ ਸਾਰਾ ਉਹਨਾਂ ਨੇ। ਮਰੀਜ਼ਾਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਕਿਹੜੀ ਚੀਜ਼ ਦੀ ਕੋਈ ਕਮੀ ਹੈ, ਇਲਾਜ ਠੀਕ ਹੋ ਰਿਹਾ ਉਹਨਾਂ ਦਾ ਕਿ ਨਹੀਂ। ਸਰ ਉਹ ਕਹਿੰਦੇ ਹੋਸਪਿਟਲ 'ਚ ਬਹੁਤ ਜ਼ਿਆਦਾ ਕਮੀਆਂ ਹੈ, ਰੈਫਰ ਹੋਸਪਿਟਲ ਨਾਲ ਰੱਖਿਆ ਗਿਆ ਸੀ ਇਹਦਾ। ਮੈਂ ਇੱਕ ਸਵਾ ਮਹੀਨਾ ਪਹਿਲਾਂ ਜਦੋਂ ਜੁਆਇਨ ਕੀਤਾ ਸੀ, ਮੈਂ ਆਪਣੇ ਸਾਰੇ ਡਾਕਟਰਸ ਨਾਲ, ਸਾਰੇ ਸਟਾਫ ਨਾਲ ਮੀਟਿੰਗ ਕੀਤੀ ਸੀਗੀ ਕਿ ਅਸੀਂ ਘੱਟ ਤੋਂ ਘੱਟ ਰੈਫਰ ਕਰਾਂਗੇ, ਪਰ ਜਿਸ ਤਰ੍ਹਾਂ ਮੈਂ ਐਮ ਐਲ ਏ ਸਾਹਿਬ ਨੂੰ ਦੱਸਿਆ ਕਿ ਕੁਛ ਚੀਜ਼ਾਂ ਦੀ ਸਾਨੂੰ ਵੀ ਕਮੀ ਹੈ, ਜਿਸ ਤਰ੍ਹਾਂ ਹਰ ਸਪੈਸ਼ਲਿਟੀ ਦਾ ਤਕਰੀਬਨ ਇੱਕ ਇੱਕ ਡਾਕਟਰ ਆ। ਡਿਸਟ੍ਰਿਕਟ ਹੋਸਪਿਟਲ ਦੇ ਵਿੱਚ ਇੱਕ ਇੱਕ ਸਪੈਸ਼ਲਿਟੀ ਦੇ ਮਲਟੀਪਲ ਡਾਕਟਰਸ ਹੁੰਦੇ ਨੇ, ਇਸ ਤਰ੍ਹਾਂ ਪੈਰਾਮੈਡੀਕਲ ਸਟਾਫ ਦੀ ਵੀ ਕਮੀ ਹੈ ਸਾਨੂੰ ਕਾਫੀ ਜ਼ਿਆਦਾ, ਅਤੇ ਥੋੜ੍ਹਾ ਐਕਸਰੇ ਮਸ਼ੀਨਾਂ ਜਾਂ ਜਿਸ ਤਰ੍ਹਾਂ ਹੋਰ ਮਸ਼ੀਨਾਂ ਦੀ ਕਮੀ ਹੈਗੀ ਸਾਨੂੰ। ਉਹਨਾਂ ਨੇ ਸਾਡੀਆਂ ਮੁਸ਼ਕਲਾਂ ਸੁਣੀਆਂ, ਸਾਨੂੰ ਭਰੋਸਾ ਦਵਾਇਆ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਏਗਾ। ਉਹ ਆਪਣੀ ਸਰਕਾਰ ਨਾਲ ਜਦੋਂ ਉਹਨਾਂ ਦੀ ਸਰਕਾਰ ਸਹੁੰ ਚੁੱਕ ਲਏਗੀ, ਉਸ ਤੋਂ ਬਾਅਦ ਉੱਪਰ ਗੱਲ ਕਰਨਗੇ ਅਤੇ ਜਿਹੜੀ ਸਾਡੇ ਸਟਾਫ ਦੀ ਕਮੀ ਹੈ ਜਾਂ ਉਹਦਾ ਕੋਈ ਹੱਲ ਕਰਾਇਆ ਜਾਏਗਾ ਉਹਨਾਂ ਵੱਲੋਂ। ਦੇਖੋ ਜੀ, ਹੋਸਪਿਟਲ 'ਚ ਕਾਫੀ ਕਮੀਆਂ ਨੇ, ਆਪਾਂ ਨੂੰ ਕਵਰ ਅਪ ਕਰਦੇ ਹਾਂ। ਸਫਾਈ ਦੀ ਕਮੀ ਹੈ ਇੱਥੇ, ਇੱਥੇ ਐਕਸਰੇ ਮਸ਼ੀਨ ਦੀ ਕਮੀ ਹੈ, ਇੱਥੇ ਨਸ਼ੇ ਜਿਹੜੇ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਚੋਰੀਆਂ ਹੋ ਜਾਂਦੀਆਂ ਨੇ, ਉਹ ਕਮੀ ਹੈ। ਆਪਾਂ ਇਹਨੂੰ ਵਧੀਆ ਡਿਵੈਲਪਮੈਂਟ 'ਚ ਲੈ ਕੇ ਆਵਾਂਗੇ। ਅੱਜ ਮੈਂ SMO ਸਾਹਿਬ ਕੋ ਆਏ ਹਾਂ, ਬੈਠੇ ਹਾਂ, ਸਟਾਫ ਚੈੱਕ ਕੀਤਾ ਹੈ, ਔਰ ਮੈਂ ਇਹੋ ਦੱਸਣਾ ਚਾਹੁੰਦਾ ਵੀ ਆਪਾਂ ਰਲ ਕੇ ਸੁਧਾਰ ਕਰੀਏ। ਜੇ ਅੱਗੇ ਤੋਂ ਫਿਰ ਕੋਈ ਇਹੋ ਜਿਹੀਆਂ ਕਮੀਆਂ ਨਜ਼ਰ ਆਉਂਦੀਆਂ ਤਾਂ ਫਿਰ ਉਹਨਾਂ ਨੂੰ ਕਵਰ ਕਰਨ ਵਾਸਤੇ ਉਹ ਜ਼ਿੰਮੇਵਾਰੀ ਆਪਾਂ SMO ਸਾਹਿਬ ਦੀ ਲਵਾਂਗੇ। ਦੇਖੋ ਜੀ, ਸਾਡੇ ਬਟਾਲੇ ਦਾ ਨਾਮ ਹੀ ਰੈਫਰ ਹੋਸਪਿਟਲ ਬਣਿਆ ਜੀ, ਕਿਉਂਕਿ ਮਸ਼ੀਨਾਂ ਦੀ ਕਮੀ ਹੈ ਜੋ ਮੈਨੂੰ ਮਹਿਸੂਸ ਹੋਇਆ। ਆਪਾਂ ਰਲ ਕੇ, ਮੈਂ ਉੱਤੋਂ ਪ੍ਰੋਜੈਕਟ ਲੈ ਕੇ ਆਉਣੇ ਮੇਰੇ ਕਮਰੇ, ਪਰ ਥੱਲਿਓਂ ਫਿਰ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੇ ਡਾਕਟਰ ਸਾਹਿਬਾਨਾਂ ਦੀ ਹੈ। ਆਪਾਂ ਸਟਾਫ ਵੀ ਕੋਸ਼ਿਸ਼ ਹੈ ਵੀ ਵਧਾਵਾਂਗੇ, ਸਾਰਾ ਕੰਮ ਵਧੀਆ ਢੰਗ ਨਾਲ ਕਰਾਂਗੇ, ਲੋਕਾਂ ਨੂੰ ਸੁੱਖ ਦੇਣਾ ਚਾਹੁੰਦੇ ਹਾਂ। ਬਸ ਉਹ ਰਲ ਕੇ ਅੱਜ ਵੇਖਦੇ ਹਾਂ ਆਪਾਂ, ਕਿਉਂਕਿ ਯਕਦਮ ਵੀ ਲੋੜ ਤੋਂ ਵੱਧ ਵੀ ਬੋਝ ਪਾ ਦਈਏ ਤਾਂ ਉਹ ਵੀ ਇਹ ਨਾ ਕਹਿਣ ਵੀ ਬਹੁਤ ਜ਼ਿਆਦਾ ਮਾੜੇ ਨੇ। ਵਧੀਆ ਢੰਗ ਨਾਲ ਆਪਾਂ ਕੰਮ ਕਰਾਂਗੇ, ਪਰ ਜੇ ਬਾਅਦ ਵਿੱਚ ਕਮੀ ਆਈ ਫਿਰ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ। ਮੈਂ ਕਿਹਾ ਜੀ, ਇੱਕ ਕਮੀ ਨਹੀਂ ਹੈ, ਬੜੀਆਂ ਕਮੀਆਂ ਨੇ, ਇਹ ਕਮੀਆਂ ਨੂੰ ਦੂਰ ਕਰਾਂਗੇ। ਔਰ ਤੁਹਾਨੂੰ ਮੈਂ ਦੱਸ ਦਿਆਂ, ਥੋੜ੍ਹੇ ਦਿਨਾਂ ਦੇ ਵਿੱਚ ਇਹੋ ਹੋਸਪਿਟਲ ਦੀ ਤੁਹਾਨੂੰ ਹਾਰ ਵੇਖਣ ਨੂੰ ਨਜ਼ਰ ਆਊਗੀ।